ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਮੈਂ ਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸ਼ਾਂਤੀ ਦਾਦੀ ਚੈਨਲ ਦੇ ਉੱਪਰ। ਅਤੇ ਅੱਜ ਆਪਾਂ ਬਣਾਵਾਂਗੇ ਜੀ ਕੱਚੀ ਹਲਦੀ ਦਾ ਅਚਾਰ। ਕੱਚੀ ਹਲਦੀ ਦੇ ਸਾਡੀ ਬੋਡੀ ਨੂੰ ਬਹੁਤ ਜ਼ਿਆਦਾ ਫਾਇਦੇ ਹੁੰਦੇ ਹੈ ਕਿਉਂਕਿ ਇਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਹੁੰਦੀ, ਤਾਂ ਕਰਕੇ ਕੱਚੀ ਹਲਦੀ ਆਪਾਂ ਨੂੰ ਜ਼ਰੂਰ ਖਾਣੀ ਚਾਹੀਦੀ ਹੈ। ਅਤੇ ਡਾਇਰੈਕਟਲੀ ਆਪਾਂ ਕੱਚੀ ਹਲਦੀ ਨੂੰ ਖਾ ਨਹੀਂ ਸਕਦੇ ਕਿਉਂਕਿ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਨਹੀਂ ਹੁੰਦਾ, ਤਾਂ ਕਰਕੇ ਇਸ ਤਰ੍ਹਾਂ ਆਪਾਂ ਅਚਾਰ ਬਣਾ ਕੇ ਇਹਦਾ ਖਾ ਸਕਦੇ ਹਾਂ ਜਿਹਦੇ ਸਾਨੂੰ ਬਹੁਤ ਹੀ ਜ਼ਿਆਦਾ ਫਾਇਦੇ ਹੋ ਸਕਦੇ ਹੈ। ਹਲਦੀ ਵਿੱਚ ਇੱਕ ਐਂਟੀਬਾਇਓਟਿਕ ਪ੍ਰੋਪਰਟੀ ਹੁੰਦੀ ਹੈ ਜਿਹਦੇ ਨਾਲ ਕੋਈ ਵੀ ਗੁੱਜੀ ਸੱਟ ਵੱਜੀ ਹੈ ਜਾਂ ਕੋਈ ਜ਼ਖਮ ਹੈ ਤਾਂ ਬਹੁਤ ਜਲਦੀ ਠੀਕ ਹੋ ਜਾਂਦਾ। ਦੂਸਰਾ, ਇਹ ਖੂਨ ਸਾਫ਼ ਕਰਦੀ ਹੈ ਜਿਹਦੇ ਨਾਲ ਸਾਡੀ ਸਕਿਨ ਟੋਨ ਹੈ ਉਹ ਇੰਪਰੂਵ ਵੀ ਹੁੰਦੀ ਹੈ ਅਤੇ ਸਕਿਨ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੈ ਜਿਹੜੀਆਂ ਉਹ ਸੋਲਵ ਹੋ ਜਾਂਦੀਆਂ। ਅਤੇ ਬਾਕੀ ਇਹ ਜੋੜਾਂ ਦੇ ਦਰਦਾਂ ਵਗੈਰਾ ਲਈ ਵੀ ਬਹੁਤ ਜ਼ਿਆਦਾ ਹੈਲਪਫੁੱਲ ਹੁੰਦੀ ਹੈ, ਤਾਂ ਕਰਕੇ ਆਪਾਂ ਇਸ ਤਰ੍ਹਾਂ ਹਲਦੀ ਦਾ ਅਚਾਰ ਬਣਾ ਕੇ ਖਾ ਸਕਦੇ ਹਾਂ। ਅਤੇ ਚਲੋ ਜੀ ਆਪਾਂ ਹਲਦੀ ਦਾ ਅਚਾਰ ਬਣਾਉਣਾ ਸ਼ੁਰੂ ਕਰਦੇ ਹਾਂ। ਕੱਚੀ ਹਲਦੀ ਦਾ ਅਚਾਰ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਕੱਚੀ ਹਲਦੀ ਲੈ ਲੈਣੀ ਹੈ ਅਤੇ ਕੱਚੀ ਹਲਦੀ ਨੂੰ ਆਪਾਂ ਅੱਧਾ ਘੰਟਾ ਲਈ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ ਜਿਹਦੇ ਨਾਲ ਜੋ ਵੀ ਇਹਦੇ ਉੱਪਰ ਮਿੱਟੀ ਵਗੈਰਾ ਲੱਗੀ ਆ ਉਹ ਸਾਰੀ ਸਾਫ਼ ਹੋ ਜਾਣੀ ਹੈ। ਅਤੇ ਅੱਧੇ ਘੰਟੇ ਬਾਅਦ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਭਿਉਂ ਕੇ ਰੱਖਣ ਤੋਂ ਬਾਅਦ ਫਿਰ ਹੱਥਾਂ ਦੇ ਨਾਲ ਰਗੜ ਕੇ ਚੰਗੀ ਤਰ੍ਹਾਂ ਆਪਾਂ ਹਲਦੀ ਨੂੰ ਸਾਫ਼ ਕਰ ਲੈਣਾ। ਸਾਰੀ ਹਲਦੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣ ਤੋਂ ਬਾਅਦ ਫਿਰ ਆਪਾਂ ਹਲਦੀ ਨੂੰ ਇਸ ਤਰ੍ਹਾਂ ਚਾਕੂ ਦੇ ਨਾਲ ਛਿੱਲ ਲੈਣਾ। ਇਸੇ ਤਰ੍ਹਾਂ ਆਪਾਂ ਬਾਕੀ ਸਾਰੀ ਹਲਦੀ ਨੂੰ ਵੀ ਛਿੱਲ ਲੈਣਾ। ਹਲਦੀ ਨੂੰ ਛਿੱਲ ਲੈਣ ਤੋਂ ਬਾਅਦ ਫਿਰ ਆਪਾਂ ਇਸ ਤਰ੍ਹਾਂ ਲੰਬੇ ਲੰਬੇ ਪੀਸਿਸ ਆਪਾਂ ਕੱਟ ਲੈਣੇ ਹੈ। ਇਹ ਤੁਹਾਡੀ ਚੋਇਸ ਹੈ, ਤੁਸੀਂ ਲੰਬੇ ਪੀਸਿਸ ਦੀ ਜਗ੍ਹਾ ਗੋਲ ਪੀਸਿਸ ਵੀ ਕੱਟ ਸਕਦੇ ਹੋ। ਅਤੇ ਆਪਾਂ ਇਸ ਤਰ੍ਹਾਂ ਲੰਬੇ ਪੀਸਿਸ ਕੱਟ ਰਹੇ ਹਾਂ, ਬਿਲਕੁਲ ਪਤਲੇ ਪਤਲੇ, ਇਸ ਤਰ੍ਹਾਂ ਫਰੈਂਚ ਫਰਾਈਜ਼ ਦੀ ਤਰ੍ਹਾਂ ਆਪਾਂ ਲੰਬੇ ਲੰਬੇ ਪੀਸਿਸ ਕੱਟਣੇ ਹੈ। ਬਿਲਕੁਲ ਇਸ ਤਰ੍ਹਾਂ ਦੇ ਆਪਾਂ ਸਾਰੇ ਪੀਸਿਸ ਕੱਟ ਲੈਣੇ ਹੈ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ 1 ਕਿਲੋ ਹਲਦੀ ਨੂੰ ਇਸ ਤਰ੍ਹਾਂ ਲੰਬੇ ਲੰਬੇ ਪੀਸਿਸ ਦੇ ਵਿੱਚ ਕੱਟ ਲਿਆ। ਪੀਸਿਸ ਕੱਟ ਲੈਣ ਤੋਂ ਬਾਅਦ ਜੋ ਆਪਾਂ ਨੂੰ ਹਲਦੀ ਦਾ ਅਚਾਰ ਬਣਾਉਣ ਲਈ ਸਮਾਨ ਚਾਹੀਦਾ ਆਪਾਂ ਉਹ ਵੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਲਿਆ ਸੌਂਫ, ਮੇਥੀ ਦਾਣਾ ਅਤੇ ਕਲੌਂਜੀ। 2-3 ਚਮਚ ਲਿਆ ਆਪਾਂ ਜੀਰਾ। 1 ਆਪਾਂ ਲਈਏ ਹਿੰਗ, ਅਤੇ ਇਹ ਆਪਾਂ ਲਏ ਆ 2-3 ਚਮਚੀ ਸਰ੍ਹੋਂ ਦੇ ਬੀਜ਼। ਅਤੇ 1 ਆਪਾਂ ਲਿਆ ਨਮਕ, ਅਤੇ 1 ਆਪਾਂ ਲਈ ਹੈਗੀ ਲਾਲ ਮਿਰਚ ਪਾਊਡਰ। ਲਾਲ ਮਿਰਚ ਪਾਊਡਰ ਆਪਸ਼ਨਲ ਹੈ। ਅਤੇ 1 ਆਪਾਂ ਲੈਣਾ ਵਿਨੇਗਰ, ਇਹਦੀ ਥਾਂ 'ਤੇ ਤੁਸੀਂ ਲੈਮਨ ਜੂਸ ਵੀ ਯੂਜ਼ ਕਰ ਸਕਦੇ ਹੋ। ਅਤੇ 1 ਆਪਾਂ ਲਿਆ ਸਰ੍ਹੋਂ ਦਾ ਤੇਲ। ਸਭ ਤੋਂ ਪਹਿਲਾਂ ਆਪਾਂ ਪੈਨ ਦੇ ਵਿੱਚ ਸੌਂਫ, ਮੇਥੀ ਦਾਣਾ ਅਤੇ ਕਲੌਂਜੀ ਇਹ ਪਾ ਲੈਣੀ ਹੈ। ਫਿਰ ਆਪਾਂ ਜੀਰਾ ਪਾ ਲੈਣਾ ਇਹਦੇ ਵਿੱਚ, ਅਤੇ ਜੋ ਆਪਾਂ ਸਰ੍ਹੋਂ ਲਈ ਸੀ ਉਹ ਵੀ ਪਾ ਲੈਣੀ ਹੈ। ਇਹ ਸਾਰਾ ਸਮਾਨ ਆਪਾਂ ਪਾ ਕੇ ਅਤੇ ਬਿਲਕੁਲ ਲੋਅ ਫਲੇਮ ਦੇ ਉੱਪਰ ਆਪਾਂ ਇਹਨਾਂ ਨੂੰ ਰੋਸਟ ਕਰਾਂਗੇ। ਤੁਸੀਂ ਦੇਖ ਸਕਦੇ ਹੋ ਥੋੜ੍ਹੀ ਟਾਈਮ ਲੋਅ ਫਲੇਮ ਦੇ ਉੱਪਰ ਇਹਨੂੰ ਪਕਾਉਣ ਤੋਂ ਬਾਅਦ ਇਹਦਾ ਕਲਰ ਚੇਂਜ ਹੋ ਗਿਆ ਅਤੇ ਇਹਦੇ ਵਿੱਚੋਂ ਹਲਕੀ ਜਿਹੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਹੈ। ਅਤੇ ਇਹ ਪੱਕ ਕੇ ਤਿਆਰ ਹੋ ਚੁੱਕਿਆ ਅਤੇ ਹੁਣ ਆਪਾਂ ਫਲੇਮ ਆਫ ਕਰ ਦੇਣੀ ਹੈ। ਹੁਣ ਆਪਾਂ ਇਹ ਭੁੰਨੇ ਹੋਏ ਮਸਾਲਿਆਂ ਨੂੰ ਇੱਕ ਸਾਈਡ 'ਤੇ ਰੱਖ ਦੇਣਾ ਅਤੇ ਥੋੜ੍ਹਾ ਜਿਹਾ ਠੰਡਾ ਹੋਣ ਦੇਵਾਂਗੇ। ਅਤੇ ਨਾਲ ਹੀ ਦੂਸਰੀ ਸਾਈਡ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ ਸਰ੍ਹੋਂ ਦਾ ਤੇਲ। 1 ਕਿਲੋ ਹਲਦੀ ਦਾ ਅਚਾਰ ਬਣਾਉਣ ਲਈ ਸਰ੍ਹੋਂ ਦਾ ਤੇਲ ਆਪਾਂ ਲਵਾਂਗੇ 400 ml। ਹੁਣ ਆਪਾਂ ਤੇਲ ਨੂੰ ਤੇਲ ਦੇ ਵਿੱਚੋਂ ਧੂੰਆਂ ਨਿਕਲਣ ਤੱਕ ਪੂਰਾ ਗਰਮ ਕਰਾਂਗੇ। ਤੁਸੀਂ ਦੇਖ ਸਕਦੇ ਹੋ ਤੇਲ ਪੂਰਾ ਗਰਮ ਹੋ ਗਿਆ ਅਤੇ ਇਹਦੇ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਅਤੇ ਹੁਣ ਆਪਾਂ ਫਲੇਮ ਆਫ ਕਰ ਦੇਣੀ ਹੈ ਅਤੇ ਤੇਲ ਨੂੰ ਥੋੜ੍ਹਾ ਜਿਹਾ ਠੰਡਾ ਹੋਣ ਦੇਣਾ। ਤੇਲ ਨੂੰ ਆਪਾਂ ਬਿਲਕੁਲ ਠੰਡਾ ਨਹੀਂ ਕਰਨਾ, ਬਿਲਕੁਲ ਹਲਕਾ ਜਿਹਾ ਠੰਡਾ ਕਰਾਂਗੇ ਅਤੇ ਥੋੜ੍ਹਾ ਥੋੜ੍ਹਾ ਗਰਮ ਰਹਿਣ ਦੇਵਾਂਗੇ। ਅਤੇ ਜੋ ਆਪਾਂ ਮਸਾਲੇ ਭੁੰਨ ਕੇ ਤਿਆਰ ਕੀਤੇ ਹੈ ਅਤੇ ਉਹ ਆਪਾਂ ਇਹ ਤੇਲ ਦੇ ਵਿੱਚ ਪਾ ਦੇਣੇ ਹੈ। ਫਿਰ ਆਪਾਂ ਇਹਦੇ ਵਿੱਚ ਪਾਵਾਂਗੇ 1/2 ਚਮਚ ਹਿੰਗ। ਤੇਲ ਥੋੜ੍ਹਾ ਜਿਹਾ ਗਰਮ ਹੈ ਤਾਂ ਕਰਕੇ ਆਪਾਂ ਜੋ ਮਸਾਲੇ ਪਾਏ ਆ ਉਹਨਾਂ ਨੂੰ ਚਮਚੇ ਦੇ ਨਾਲ ਹਿਲਾ ਦੇਣਾ।
फिर जो आपां हल्दी दे पीसेस कट्टे है वह आपां इह तेल दे विच मिक्स कर देने है, तो बिल्कुल थोड़े थोड़े मिक्स करने है क्योंकि तेल गर्म है। हुण आपां इस तरह हल्दी दीआं साइड्स पलट देनी है जिहदे नाल गर्म तेल दे विच हल्दी थोड़ी जी पक जूगी। हल्दी नूं आपां तेल दे विच चंगी तरह मिक्स कर लिया। हुण आपां इहदे विच पावांगे मसाले। सब तों पहलां आपां पावांगे नमक। नमक आपां पावांगे 5-6 चमच, बाकी तुसीं अपने टेस्ट दे अकॉर्डिंग वध घट भी पा सकदे हो। ते 2 चमच पावांगे आपां इहदे विच लाल मिर्च पाउडर। हुण आपां इह सुक्के मसाले पाउडर नूं भी चंगी तरह मिक्स कर लैणा है। मसाले भी आपां चंगी तरह मिक्स कर लए है, ते हुण आपां इहदे विच पावांगे सिरका। सिरका पाउण नाल जिहड़ा अचार है वह लंबे टाइम तक खराब नहीं हुंदा, तां करके तुसीं लौंग टाइम लई इहनूं स्टोर करके रख सकदे हो कच्चे दे बर्तन दे विच। ते जेकर तुसीं सिरका नहीं पाउणा चाहुंदे तां तुसीं इहदी जगह नींबू दा रस पा सकदे हो। 1 किलो हल्दी दे अचार वास्ते आपां 3-4 चमच सिरका पाउणा है। हुण आपां सिरका पाउण तों बाद भी चंगी तरह अचार दे विच मिक्स कर देना है। लो जी, हल्दी का अचार बन के तैयार हो चुका है। हुण आपां इहनूं इक कच्च दे बर्तन दे विच पा के 2-3 लई धुप्पे रख देना है, ते जिहदे नाल जिहड़ा अचार है बिल्कुल भी खराब नहीं होगा, ते लंबे टाइम लई आपां इहनूं यूज़ कर सकते हैं। ते इह अचार दे बहुत ज़्यादा फायदे हुंदे आ, तुसीं भी इस तरीके दे नाल घर दे विच ट्राई करके देख सकते हो, ते बहुत ही ज़्यादा टेस्टी भी बनता है। ते तुसीं भी घर दे विच जरूर ट्राई करियो। जे वीडियो चंगी लगी होवे तां वीडियो नूं वध तों वध शेयर जरूर कर दिया करो, ते चैनल नूं सबसक्राइब कर लियो। मिलदे हां इक नवीं रैसिपी नवीं वीडियो दे नाल। तद तक लई सति श्री अकाल।